ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਆ ਮੇਰਾ ਕੈਨੇਡਾ ਵਾਲਾ ਲਾਇਸੈਂਸ ਤੇ ਤੁਸੀਂ ਆਪਣਾ ਕੈਨੇਡਾ ਵਾਲਾ ਲਾਇਸੈਂਸ ਕਿਵੇਂ ਲੈ ਸਕਦੇ ਜੀ ਉਹਦੇ ਵਾਸਤੇ ਤੁਸੀਂ ਇਹ ਵੀਡੀਓ ਵੇਖੋ ਐਂਡ ਪਲੀਜ਼ ਵੀਡੀਓ ਨੂੰ ਪੂਰੀ ਵੇਖਿਓ ਤੇ ਜੇ ਵਧੀਆ ਲੱਗੂਗੀ ਲਾਈਕ ਜਰੂਰ ਕਰ ਦਿਓ ਸੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਸੋ ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਸਭ ਤੋਂ ਬੇਸਿਕ ਲਾਇਸੈਂਸ ਜਿਹੜਾ ਹੁੰਦਾ ਵਾ ਉਹਨੂੰ ਆਂਦੇ ਕਲਾਸ 7 ਸੋ ਕਲਾਸ 7 ਦੇ ਵਿੱਚ ਕੀ ਹੁੰਦਾ ਵਾ ਵੀ ਨੌਲੇਜ ਐਗਜ਼ਾਮ ਹੁੰਦਾ ਔਰ ਨੌਲੇਜ ਐਗਜ਼ਾਮ ਪਾਸ ਕਰਨ ਤੋਂ ਬਾਅਦ ਤੁਹਾਨੂੰ ਕਲਾਸ 7 ਲਾਇਸੈਂਸ ਮਿਲਦਾ ਇਸ ਕਲਾਸ 7 ਦਾ ਫਾਇਦਾ ਇਹ ਆ ਕਿ ਤੁਸੀਂ ਗੱਡੀ ਡਰਾਈਵ ਕਰ ਸਕਦੇ ਜੀ ਬਟ ਇਹਦੇ ਵਿੱਚ ਕੁਝ ਰਿਕੁਆਇਰਮੈਂਟ ਨੇ ਤੇ ਉਹ ਰਿਕੁਆਇਰਮੈਂਟ ਕੀ ਆ ਕਿ ਤੁਹਾਡੇ ਨਾਲ ਜਿਹੜਾ ਕੋਈ ਬੈਠਾ ਹੋਣਾ ਚਾਹੀਦਾ ਉਹਦੀ ਏਜ 18 ਸਾਲ ਪਲੱਸ ਹੋਣੀ ਚਾਹੀਦੀ ਆ ਪਲੱਸ ਉਹ ਕੋ ਕਲਾਸ 5 ਫੁੱਲ ਲਾਇਸੈਂਸ ਹੋਣਾ ਚਾਹੀਦਾ ਜਾ ਉਹਦੇ ਤੋਂ ਵੱਡਾ ਲਾਇਸੈਂਸ ਹੋਣਾ ਚਾਹੀਦਾ ਹੁਣ ਗੱਲ ਕਰਦੇ ਹਾਂ ਕਲਾਸ 5 ਬੇਸਿਕ ਲਾਇਸੈਂਸ ਦੀ ਸੋ ਕਲਾਸ 5 ਬੇਸਿਕ ਲਾਇਸੈਂਸ ਜਿਹੜਾ ਉਹਦੀ ਰਿਕੁਆਇਰਮੈਂਟ ਕੀ ਹੈ ਵੀ ਤੁਹਾਡੀ ਏਜ 16 ਸਾਲ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਡਰਾਈਵਿੰਗ ਦਾ ਤੇ ਜੇ ਤੁਹਾਡੇ ਕੋਲ ਨਹੀਂ 1 ਸਾਲ ਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਕਲਾਸ 7 ਲਾਇਸੈਂਸ ਲੈਣ ਤੋਂ ਬਾਅਦ 1 ਸਾਲ ਵੇਟ ਕਰਨੀ ਪੈਂਦੀ ਆਪਣਾ ਕਲਾਸ 5 ਲਾਇਸੈਂਸ ਲੈਣ ਵਾਸਤੇ ਸੋ ਜਿਹੜੇ ਸਟੂਡੈਂਟਸ ਇੰਡੀਆ ਤੋਂ ਆਉਂਦੇ ਹੋ ਆਪਣਾ ਇੰਡੀਆ ਵਾਲਾ ਲਾਇਸੈਂਸ ਵੀ ਸਬਮਿਟ ਕਰ ਸਕਦੇ ਆ ਤੇ ਜੇ ਉਹ オリジナル ਆ ਤੇ ਉਹਨਾਂ ਨੂੰ ਪਰਮਿਸ਼ਨ ਮਿਲ ਜਾਂਦੀ ਆ ਵੀ ਉਹ ਰਾਈਟਵੇ ਆਪਣਾ ਜਿਹੜਾ ਕਲਾਸ 5 ਜਿਹੜਾ ਉਹਦਾ ਐਗਜ਼ਾਮ ਦੇ ਸਕਦੇ ਆ ਬੇਸਿਕ ਲਾਇਸੈਂਸ ਦਾ ਤੇ ਜੇਕਰ ਤੁਹਾਡੇ ਕੋਲ ਨਹੀਂ ਫਿਰ ਤੁਹਾਨੂੰ 1 ਸਾਲ ਵੇਟ ਕਰਨੀ ਪਊਗੀ ਸੋ ਕਲਾਸ 5 ਲਾਇਸੈਂਸ ਦੇ ਵਿੱਚ ਤੁਸੀਂ ਗੱਡੀ ਪਰ ਤੁਸੀਂ ਆਪਣਾ ਜਿਹੜਾ ਲਾਇਸੈਂਸ ਆ ਉਹਨੂੰ ਅਪਗ੍ਰੇਡ ਨਹੀਂ ਕਰ ਸਕਦੇ ਅਪਗ੍ਰੇਡ ਦਾ ਮਤਲਬ ਵੀ ਤੁਸੀਂ ਕੋਈ ਟਰੱਕ ਦਾ ਲਾਇਸੈਂਸ ਨਹੀਂ ਲੈ ਸਕਦੇ ਜਾਂ ਕੋਈ ਹੋਰ ਲਾਇਸੈਂਸ ਨਹੀਂ ਲੈ ਸਕਦੇ ਸੋ ਉਹ ਲਾਇਸੈਂਸ ਲੈਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਕਲਾਸ 5 ਐਡਵਾਂਸ ਲਾਇਸੈਂਸ ਲੈਣਾ ਪੈਂਦਾ ਜਿਹੜਾ ਕਲਾਸ 5 ਐਡਵਾਂਸ ਲਾਇਸੈਂਸ ਆ ਉਹਦੇ ਤੋਂ ਬਾਅਦ ਤੁਸੀਂ ਆਪਣਾ ਲਾਇਸੈਂਸ ਅਪਗ੍ਰੇਡ ਕਰਾ ਸਕਦੇ ਜੀ ਕੋਈ ਵੀ ਲਾਇਸੈਂਸ ਲੈ ਸਕਦੇ ਮੋਟਰਸਾਈਕਲ ਦਾ ਜਾਂ ਟਰੱਕ ਦਾ ਸੋ ਕਲਾਸ 5 ਐਡਵਾਂਸ ਲੈਣ ਦੇ ਲਈ ਤਾਨੂੰ ਸਭ ਤੋਂ ਪਹਿਲੀ ਜਿਹੜੀ ਰਿਕੁਆਇਰਮੈਂਟ ਆ ਤੁਹਾਡੀ ਏਜ 18 ਸਾਲ ਹੋਣੀ ਚਾਹੀਦੀ ਆ ਤੇ ਜਦੋਂ ਤੁਸੀਂ ਆਪਣਾ ਕਲਾਸ 5 ਬੇਸਿਕ ਲਾਇਸੈਂਸ ਲਾ ਲੈਂਦੇ ਹੋ ਉਸ ਤੋਂ ਬਾਅਦ ਤੁਹਾਨੂੰ 2 ਸਾਲ ਵੇਟ ਕਰਨੀ ਪੈਂਦੀ ਆ ਫਿਰ ਤੁਸੀਂ ਆਪਣਾ ਕਲਾਸ 5 ਐਡਵਾਂਸ ਜਿਹੜਾ ਲਾਇਸੈਂਸ ਆ ਉਹ ਲੈ ਸਕਦੇ ਜੀ ਸੋ ਕਲਾਸ 5 ਐਡਵਾਂਸ ਦੇ ਵਿੱਚ ਕੋਈ ਵੀ ਨੌਲੇਜ ਟੈਸਟ ਨਹੀਂ ਹੁੰਦਾ ਉਹਦੇ ਵਿੱਚ ਰੋਡ ਟੈਸਟ ਹੁੰਦਾ ਉਹ ਹਾਈਵੇ ਦੇ ਉੱਤੇ ਹੁੰਦਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਣਾ ਕਲਾਸ 5 ਐਡਵਾਂਸ ਮਿਲ ਜਾਂਦਾ ਤੇ ਹੁਣ ਗੱਲ ਕਰਦੇ ਆ ਵੀ ਟਰੱਕ ਦਾ ਲਾਇਸੈਂਸ ਜਿਹੜਾ ਉਹ ਕਿਵੇਂ ਲਈਦਾ ਸੋ ਟਰੱਕ ਦੇ ਲਾਇਸੈਂਸ ਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਰਿਕੁਆਇਰਮੈਂਟ ਉਹ ਹੈਗੀ 에어 ਬ੍ਰੇਕਸ ਦੀ ਸੋ ਕਿਉਂਕਿ ਟਰੱਕ ਦੇ ਵਿੱਚ 에어 ਬ੍ਰੇਕਸ ਹੁੰਦੀਆਂ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ 에어 ਬ੍ਰੇਕ ਦਾ ਲਾਇਸੈਂਸ ਲੈਣਾ ਪੈਂਦਾ ਸੋ ਉਹ ਲੈਣਾ ਏਡਾ ਕੋਈ ਔਖਾ ਨਹੀਂ ਹੈ ਉਹਦੇ ਵਾਸਤੇ ਤੁਹਾਨੂੰ ਕਿਸੇ ਵੀ ਡਰਾਈਵਿੰਗ ਸਕੂਲ ਦੇ ਵਿੱਚ ਜਾਣਾ ਪੈਂਦਾ ਉਹ ਡਰਾਈਵਿੰਗ ਸਕੂਲ ਦੇ ਵਿੱਚ ਜਾ ਕੇ ਤੇ ਤੁਸੀਂ ਕਲਾਸਾਂ ਲਓਗੇ 8 ਘੰਟੇ ਦੀ ਕਲਾਸ ਹੁੰਦੀ ਆ ਉਹ ਕਲਾਸ ਡੰਤ ਕਰਨ ਤੋਂ ਬਾਅਦ ਤੁਹਾਡਾ ਉਹ ਡਰਾਈਵਿੰਗ ਸਕੂਲ ਵਾਲੇ ਐਗਜ਼ਾਮ ਲੈਣਗੇ ਤੇ ਜਦੋਂ ਤੁਸੀਂ ਉਹਨੂੰ ਪਾਸ ਕਰ ਜਾਓਗੇ ਉਹ ਤੁਹਾਨੂੰ 에어 ਬ੍ਰੇਕ ਦਾ ਲਾਇਸੈਂਸ ਦੇ ਦੇਣਗੇ ਸੋ ਉਹਦੇ ਵਿੱਚ ਤੁਹਾਨੂੰ 에어 ਬ੍ਰੇਕਾਂ ਦੀ ਨੌਲੇਜ ਦਿੰਦੇ ਆ ਕਿ 에어 ਬ੍ਰੇਕਾ ਕਿਵੇਂ ਕੰਮ ਕਰਦੀਆਂ ਨੇ ਇਹ ਟੈਸਟ ਕਿਵੇਂ ਕਰੀਦੇ ਆ ਸੋ ਇਹ ਸ ਵਨ লাইসেন্স ਜਿਹੜਾ ਟਰੱਕ ਦਾ লাইসেন্স ਹੁੰਦਾ ਉਹ ਕਿਵੇਂ ਲਈਦਾ ਸੋ ਸਭ ਤੋਂ ਪਹਿਲਾਂ ਤੁਹਾਨੂੰ ਉਹਦਾ ਪੜ੍ਹਨਾ ਪੈਂਦਾ ਕਲਾਸ 1 লাইসেন্স ਦਾ ਉਹਦਾ ਨੌਲੇਜ ਇਗਜ਼ਾਮ ਹੁੰਦਾ ਤਾਂ ਹੀ ਉਹ ਨੌਲੇਜ ਇਗਜ਼ਾਮ ਪਾਸ ਕਰੋਗੇ ਉਹਦੇ ਤੋਂ ਬਾਅਦ ਤੁਸੀਂ ਕਿਸੇ ਵੀ ਡਰਾਈਵਿੰਗ ਸਕੂਲ ਦੇ ਵਿੱਚ ਜਾਓਗੇ ਟਰੱਕ ਡਰਾਈਵਿੰਗ ਸਕੂਲ ਦੇ ਵਿੱਚ ਜਾ ਕੇ ਤੇ ਤੁਸੀਂ ਆਪਣੇ ਕਲਾਸਾਂ ਲਓਗੇ ਸੋ ਕਲਾਸਾਂ ਦੇ ਵਿੱਚ ਤੁਹਾਨੂੰ ਕੀ ਕੀ ਸਿਖਾਲਦੇ ਆ ਪ੍ਰੀ ਟ੍ਰਿਪ ਇਨਸਪੈਕਸ਼ਨ ਕਪਲਿੰਗ ਅਨਕਪਲਿੰਗ ਸੋ ਕਪਲਿੰਗ ਅਨਕਪਲਿੰਗ ਇਹ ਹੁੰਦੀ ਹੈ ਜਦੋਂ ਆਪਾਂ ਟਰੱਕ ਦੇ ਪਿੱਛੇ ਟਰੈਲਰ ਲਾਉਣਾ ਜਾਂ ਉਹਨੂੰ ਲਾਉਣਾ ਉਹਨੂੰ ਕਪਲਿੰਗ ਅਨਕਪਲਿੰਗ ਕਹਿ ਦਿੰਦੇ ਆ ਤੇ ਤੁਹਾਨੂੰ ਜ਼ੋਰ ਦੇ ਉੱਤੇ ਡਰਾਈਵਿੰਗ ਕਰਨੀ ਬੈਕ ਕਿੱਦਾਂ ਲਾਉਣਾ ਇਹ ਸਾਰਾ ਕੁਝ ਸਿਖਾ ਲਦੇ ਆ ਤੇ ਇਹਦੀ ਜਿਹੜੀ ਟੋਟਲ ਰਿਕੁਆਇਰਮੈਂਟ ਹੋਣਾ ਉਹ ਹੈਗੀ ਆ ਅਰਾਊਂਡ 113 ਆਵਲ ਸਾਨੂੰ ਸੋ ਤੁਹਾਨੂੰ 113 ਆਵਲ ਜਿਹੜੇ ਕੰਪਲੀਟ ਕਰਨੇ ਪੈਂਦੇ ਆ ਉਹਦੇ ਤੋਂ ਬਾਅਦ ਤੁਸੀਂ ਜਿਹੜਾ ਵਾ ਆਪਣਾ ਰੋਡ ਐਗਜ਼ਾਮ ਬੁੱਕ ਕਰਾ ਸਕਦੇ ਹੋ ਰੋਡ ਐਗਜ਼ਾਮ ਬੁੱਕ ਕਰਨ ਲਈ ਤੁਹਾਨੂੰ ਉਹਦੇ ਵਾਸਤੇ ਤੁਹਾਨੂੰ ਆਪਣਾ ਮੈਡੀਕਲ ਕਰਾਉਣਾ ਪੈਂਦਾ ਸੋ ਮੈਡੀਕਲ ਕਰਵਾ ਕੇ ਤੁਸੀਂ ਆਪਣਾ ਰੋਡ ਐਗਜ਼ਾਮ ਬੁੱਕ ਕਰਵਾਉਂਦੇ ਜੀ ਤੇ ਰੋਡ ਐਗਜ਼ਾਮ ਉਸ ਤੋਂ ਬਾਅਦ ਤੁਹਾਡਾ ਰੋਡ ਐਗਜ਼ਾਮ ਦਾ ਰੋਡ ਐਗਜ਼ਾਮ ਜਦੋਂ ਤੁਸੀਂ ਆਪਣਾ ਰੋਡ ਐਗਜ਼ਾਮ ਪਾਸ ਕਰ ਲੈਂਦੇ ਜਿਹੜਾ ਜਿੰਨਾਂ ਤੱਕ ਜਿੰਨੇ ਤੱਕ ਤੁਹਾਡਾ ਟੈਸਟ ਲਿਆ ਹੁੰਦਾ ਉਹ ਤੁਹਾਨੂੰ ਇੱਕ ਪੇਪਰ ਦਿੰਦਾ ਤੁਸੀਂ ਉਹ ਲੈ ਤਾਂ ਜਿਹੜਾ ਆਪਣਾ ਕਲਾਸ 1 ਜਿਹੜਾ ਲਾਇਸੈਂਸ ਟਰੱਕ ਦਾ ਵਾ ਉਹ ਤੁਸੀਂ ਲੈ ਸਕਦੇ ਜੀ ਤੇ ਇਦਾਂ ਹੀ ਹਰ ਜਿਹੜੀ ਸਟੇਟ ਆ ਇਹ ਇਹਦੇ ਆਪਣੇ ਆਪਣੇ ਰੂਲ ਆ ਜਿਹੜੇ ਮੈਂ ਤੁਹਾਨੂੰ ਇਹਦੇ ਵਿੱਚ ਰੂਲ ਦੱਸੇ ਅਲਬਰਟਾ ਦੇ ਰੂਲ ਨੇ ਅਲਬਰਟਾ ਤੁਸੀਂ ਇਦਾਂ ਲਾਇਸੈਂਸ ਲੈ ਸਕਦੇ ਜੀ ਇਹਦੀ ਜਿਹੜੀ ਸਾਰੇ ਲਾਇਸੈਂਸ ਦੀ ਕੋਸਟ ਆ ਟਰੱਕ ਦੇ ਦੀ ਅਰਾਊਂਡ 5000 ਤੋਂ ਲੈ ਕੇ 10000 ਡਾਲਰ ਦੇ ਵਿੱਚ ਵਿੱਚ ਆ ਜਾਂਦੀ ਕਿਉਂਕਿ ਗੂਗਲ ਵਾ ਇਹ ਆਪਣੇ ਅਕੋਰਡਿੰਗਲੀ ਚਾਰਜ ਕਰਦੇ ਆ ਕੁਝ ਜਿਹੜੇ ਆਪਣੇ ਦੇਸੀ ਸਕੂਲ ਨੇ ਉਹ ਘੱਟ ਚਾਰਜ ਕਰਦੇ ਆ ਕੁਝ ਗੋਲਿਆਂ ਦੇ ਸਕੂਲ ਜਿਹੜੇ ਵੱਧ ਚਾਰਜ ਕਰਦੇ ਆ ਤੇ ਉਹ ਤੁਸੀਂ ਗੂਗਲ ਦੇ ਉੱਤੇ ਲੱਭ ਸਕਦੇ ਜੀ ਜਿਹੜੇ ਬਾਕੀ ਲਾਇਸੈਂਸ ਦੱਸਿਆ ਕਲਾਸ 7 ਕਲਾਸ 5 ਬੇਸਿਕ ਕਲਾਸ 5 ਐਡਵਾਂਸ ਉਹਦੇ ਜਿਹੜੀ ਤੁਹਾਡੀ ਇੱਕ ਆਈਡੀਆ ਜਿਹੜਾ ਤੁਹਾਨੂੰ ਮੈਂ ਪ੍ਰਾਈਸ ਹੈ ਜਿਹੜਾ ਉਹਦਾ ਕੋਸਟ ਆ ਉਹ ਤੁਹਾਨੂੰ ਵੀਡੀਓ ਦੇ ਐਂਡ ਦੇ ਉੱਤੇ ਕਲਿਸਟਰ ਦੇ ਵਿੱਚ ਤੁਹਾਨੂੰ ਦਿਖ ਜੂਗਾ ਤੇ ਐਂਡ ਜੇ ਵੀਡੀਓ ਵਧੀਆ ਲੱਗੀ ਹੈ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਛੋਟੀ ਜੀ ਵੀਡੀਓ ਹੈ ਤੇ ਮੈਂ ਹੋਰ ਵੀ ਵੀਡੀਓ ਨੌਲੇਜ ਵਾਲੀਆਂ ਪਾਉਂਦਾ ਰਹੂੰਗਾ ਥੈਂਕ ਯੂ